ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ ਦੇ ਮੌਕੇ ਤੇ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਨੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਹੈ ਅਤੇ ਖੁਦ ਨਾਕਿਆਂ ਅਤੇ ਹੋਰ ਸਥਾਨਾਂ ਦੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਤੇ SS ਸ਼੍ਰੀਵਾਸਤਵ ਨੇ ਕਿਹਾ ਉਹਦਾ ਰਿਵਿਊ ਹੋ ਰਿਹਾ ਹੈਗਾ ਕੱਲ ਦੀ ਡਿਊਟੀਜ਼ ਦਾ, ਖਾਸ ਕਰ ਅੱਜ ਜਿਹੜਾ ਹੈ ਇੱਕ ਪੂਰੀ ਰਿਹਰਸਲ ਵੀ ਹੈ, ਡਿਪਲੋਇਮੈਂਟ ਕਰ ਰਹੇ ਹਾਂ, ਫੁੱਲ ਡਿਪਲੋਇਮੈਂਟ ਨਹੀਂ ਹੈਗੀ ਹੈ ਲੇਕਿਨ ਇੱਕ ਰਿਹਰਸਲ ਹੈਗੀ ਹੈ ਜਿਹਦੇ ਡਿਪਲੋਇਮੈਂਟ ਕਰਕੇ ਅਰੇਂਜਮੈਂਟ ਦੇਖ ਕੇ ਸਾਰੀ ਬਰੀਫਿੰਗ ਹੋ ਜਾਏਗੀ ਡਿਟੇਲ ਦੇ ਵਿੱਚ ਅਤੇ ਜਿਹੜੀ ਕੋਈ ਹੋਰ ਉਹਦੇ 'ਚ ਚੇਂਜਿਸ ਕਰਨ ਦੀ ਲੋੜ ਹੈ ਉਸ ਸਾਰੇ ਦਾ ਇਹ ਐਕਸਰਸਾਈਜ਼ ਹੈਗੀ ਹੈ। ਸੋ ਅੱਜ ਸਾਰਾ ਉਹ ਹੋਏਗਾ। ਇਸ ਤੋਂ ਇਲਾਵਾ ਅੱਜ ਈਦ ਦੇ ਸੰਬੰਧ ਦੇ ਵਿੱਚ ਡਿਊਟੀਜ਼ ਅਲੱਗ ਲੱਗੀਆਂ ਹੋਈਆਂ ਨੇ ਤੇ ਸ਼ਾਮ ਨੂੰ ਅੱਜ ਕੁਛ ਮਾਰਚ ਵਗੈਰਾ ਹੈਗੇ ਆ, ਹੋਰ ਚੀਜ਼ਾਂ ਹੈਗੀਆਂ, ਉਹ ਸਾਰੇ ਦੇ ਅਰੇਂਜਮੈਂਟਸ, ਉਹਦਾ ਚੈਕਿੰਗ, ਉਹਦੀ ਬਰੀਫਿੰਗ ਐਂਡ ਉਹਦੀ ਸਾਰੀ ਡਿਟੇਲਡ ਰਿਵਿਊ ਚੱਲ ਰਿਹਾ। ਦੇਖੋ ਬੇਸਿਕਲੀ ਜਿੱਥੋਂ ਤੱਕ ਸਾਡਾ ਰੋਲ ਹੈ ਪੁਲਿਸ ਵੱਲੋਂ, ਸਾਡੇ ਵੱਲੋਂ ਇਹ ਹੁੰਦਾ ਹੈਗਾ ਕਿ ਜੋ ਵੀ ਚੀਜ਼ ਹੈ ਉਹ ਵਾਲੰਟਰੀ ਹੋਵੇ, ਕਿਸੇ ਤਰ੍ਹਾਂ ਦੀ ਕੋਈ ਜ਼ੋਰ ਜ਼ਬਰਦਸਤੀ ਕੋਈ ਕਾਨੂੰਨ ਹੱਥ ਵਿੱਚ ਨਾ ਲਵੇ। ਬਾਕੀ ਇਹ ਪਬਲਿਕ ਦਾ ਆਪਣਾ ਉਹ ਹੈਗਾ, ਉਹਨਾਂ ਦੀ ਆਪਣੀ ਚੋਇਸ ਹੈਗੀ ਜਿਸ ਤਰ੍ਹਾਂ ਦਾ ਉਹ ਚਾਹੁੰਗੇ। ਅਸੀਂ ਜਿਹੜੇ ਅਰੇਂਜਮੈਂਟਸ ਹੈ ਉਹ ਪੂਰੇ ਇਲੈਬੋਰੇਟ ਅਰੇਂਜਮੈਂਟ ਸਿਟੀ 'ਚ ਕੀਤੇ ਹੈਗੇ। ਸਾਡਾ ਰੋਲ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਦਾ ਜ਼ਿਆਦਾ ਹੈਗਾ, ਅੰਦਰ ਅਸੀਂ ਜਿਹੜਾ ਰੋਲ ਹੈ ਉਹ ਮੇਨ SGPC ਐਂਡ ਡਿਫਰੈਂਟ ਗਰੁੱਪਸ ਐਂਡ ਆਰਗਨਾਈਜੇਸ਼ਨ ਦਾ ਹੈ। ਅਸੀਂ ਉਹਨਾਂ ਨੂੰ ਜਾਂ ਹੋਰ ਜਿਹੜੇ ਸਾਰੇ ਸਿਸਟਮ ਹੈ ਕੁਛ ਬਫਰ ਰੱਖਾਂਗੇ, ਲੇਕਿਨ ਸਾਡਾ ਪ੍ਰਾਇਮਰੀ ਰੋਲ ਬਾਹਰ ਦਾ ਹੈ। ਵੀਡੀਓ ਕਵਰੇਜ ਐਂਡ CCTV ਕਵਰੇਜ ਸਿਟੀ ਦੇ ਵਿੱਚ ਕਈ ਜਗ੍ਹਾ ਤੇ ਆਲਰੇਡੀ ਵੀ ਹੈਗੀ। ਇਸ ਤੋਂ ਇਲਾਵਾ ਅਸੀਂ ਸਪੈਸੀਫਿਕ ਜਿਹੜੇ ਸਾਨੂੰ ਵਲਨਰੇਬਲ ਜਾਂ ਏਰੀਆਜ਼ ਲੱਗਦੇ ਹੈ ਸਾਡੀ ਜਿਹੜੀਆਂ ਟੀਮਸ ਹੈ ਉਹਨਾਂ ਦੇ ਨਾਲ ਵੀ ਵੀਡੀਓ ਕਵਰੇਜ ਐਂਡ ਫੋਟੋਗ੍ਰਾਫੀ ਕੀਤੀ ਜਾਏਗੀ ਸਾਡੀ।